ਇਸ ਪਿੰਡ ਵਾਲਿਆਂ ਨੇ ਗੁਰੂ ਜੀ ਦੀ ਬੜੀ ਭਾਵਨਾ ਦੇ ਨਾਲ ਸੇਵਾ ਕੀਤੀ, ਪਰ ਜਦੋਂ ਗੁਰੂ ਜੀ ਇਸ ਪਿੰਡ ਤੋਂ ਤੁਰਨ ਲੱਗੇ ਤਾਂ ਮਹਾਰਾਜ ਜੀਆਂ ਨੇ ਬਚਨ ਕੀਤਾ, ਤੁਸੀਂ ਉੱਜੜ ਉੱਜੜ ਕੇ ਵਸੋ। ਬਹੁਤ ਹੀ ਘੱਟ ਸੰਗਤਾਂ ਨੇ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਹੋਣਗੇ। ਜਿਨ੍ਹਾਂ ਨੇ ਦਰਸ਼ਨ ਕੀਤੇ ਹਨ ਉਹ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਹੋਰ ਸੰਗਤਾਂ ਵੀ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਣ ਅਤੇ ਇੱਥੋਂ ਦਾ ਇਤਿਹਾਸ ਸੁਣ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਵਿੱਚ। ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ, ਤੰਦਰੁਸਤ ਹੋਵੋਗੇ। ਅੱਜ ਅਸੀਂ ਆਪ ਜੀ ਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ। ਅਸੀਂ ਪਹੁੰਚੇ ਹੋਏ ਹਾਂ ਜੀ ਲੁਧਿਆਣਾ ਸ਼ਹਿਰ, ਪਿੰਡ ਦਾ ਨਾਮ ਹੈ ਤੁਗਰੀ। ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਅਤੇ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਚਰਨ ਛੋਹ ਪ੍ਰਾਪਤ ਅਸਥਾਨ ਹੈ। ਆਪ ਜੀ ਨਾਲ ਨਾਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਅਤੇ ਨਾਲ ਨਾਲ ਤੁਹਾਨੂੰ ਇੱਥੋਂ ਦਾ ਇਤਿਹਾਸ ਅਸੀਂ ਸਰਵਣ ਕਰਾਉਂਦੇ ਹਾਂ। ਪਹਿਲੀ ਉਦਾਸੀ ਵੇਲੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਿੱਖੀ ਦਾ ਪ੍ਰਚਾਰ ਕਰਦੇ ਹੋਏ ਪਿੰਡ ਠੱਕਰਵਾਲ ਆ ਕੇ ਵਿਰਾਜਦੇ ਹਨ। ਪਿੰਡ ਦੁਗਰੀ ਤੋਂ ਪਿੱਛੇ ਠੱਕਰਵਾਲ ਪਿੰਡ ਹੈ, ਉਸ ਪਿੰਡ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਆ ਕੇ ਬੈਠਦੇ ਹਨ, ਪਰ ਪਿੰਡ ਵਾਲਿਆਂ ਨੇ ਗੁਰੂ ਜੀ ਦੀ ਸੇਵਾ ਨਾ ਕੀਤੀ। ਕੁਝ ਦਿਨ ਰੁਕਣ ਤੋਂ ਬਾਅਦ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਪਿੰਡ ਤੋਂ ਤੁਰਨ ਲੱਗੇ ਤਾਂ ਗੁਰੂ ਜੀ ਨੇ ਸਹਿਜੇ ਬਚਨ ਕਰ ਦਿੱਤਾ ਵੀ ਤੁਸੀਂ ਇੱਥੇ ਹੀ ਵਸੋ। ਗੁਰੂ ਜੀ ਦੇ ਬਚਨਾਂ ਕਰਕੇ ਇਹ ਪਿੰਡ ਜ਼ਿਆਦਾ ਨਾ ਵਧਿਆ। ਪਿੰਡ ਠੱਕਰਵਾਲ ਤੋਂ ਗੁਰੂ ਜੀ ਦੁਗਰੀ ਪਿੰਡ ਵਿੱਚ ਆਉਂਦੇ ਹਨ, ਇੱਥੇ ਆ ਕੇ ਵਿਰਾਜਦੇ ਹਨ ਤੇ ਇੱਕ ਇੱਥੇ ਲਾਗੇ ਹੀ ਖੂਹ ਸੀ, ਉਸ ਖੂਹ ਵਿੱਚੋਂ ਗੁਰੂ ਜੀ ਨੇ ਜਲ ਵੀ ਛਕਿਆ। ਉਹ ਖੂਹ ਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ। ਪਿੰਡ ਦੁਗਰੀ ਦੀਆਂ ਸੰਗਤਾਂ ਨੇ ਬੜੀ ਭਾਵਨਾ ਦੇ ਨਾਲ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਸੇਵਾ ਕੀਤੀ ਤੇ ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਇਸ ਪਿੰਡ ਤੋਂ ਤੁਰਨ ਲੱਗੇ ਤੇ ਗੁਰੂ ਜੀ ਨੇ ਬਚਨ ਕੀਤਾ ਉੱਜੜ ਉੱਜੜ ਕੇ ਵਸੋ। ਭਾਈ ਮਰਦਾਨਾ ਜੀ ਬੜੇ ਹੈਰਾਨ ਹੋਏ। ਭਾਈ ਮਰਦਾਨਾ ਜੀ ਨੇ ਪੁੱਛਿਆ, ਮਹਾਰਾਜ ਜਿਨ੍ਹਾਂ ਨੇ ਤੁਹਾਡੀ ਸੇਵਾ ਨਹੀਂ ਕੀਤੀ ਉਹਨਾਂ ਨੂੰ ਤੁਸੀਂ ਬਚਨ ਕੀਤਾ ਹੈ ਵੀ ਤੁਸੀਂ ਵਸੋ, ਪਰ ਜਿਨ੍ਹਾਂ ਨੇ ਹੁਣ ਤੁਹਾਡੀ ਇੰਨੀ ਭਾਵਨਾ ਨਾਲ ਸੇਵਾ ਕੀਤੀ ਆ ਇਹਨਾਂ ਨੂੰ ਤੁਸੀਂ ਬਚਨ ਕਰ ਦਿੱਤਾ ਉੱਜੜ ਉੱਜੜ ਕੇ ਵਸੋ, ਮਹਾਰਾਜ ਕਰੋ ਕਿਰਪਾ ਸਮਝਾਓ। ਗੁਰੂ ਜੀ ਕਹਿਣ ਲੱਗੇ, ਜਿਨ੍ਹਾਂ ਨੇ ਸਾਡੀ ਸੇਵਾ ਨਹੀਂ ਕੀਤੀ ਉਹ ਇੱਥੇ ਹੀ ਵਸਦੇ ਰਹਿਣਗੇ, ਪਰ ਇਸ ਪਿੰਡ ਵਾਲਿਆਂ ਨੇ ਸਾਡੀ ਭਾਵਨਾ ਦੇ ਨਾਲ ਸੇਵਾ ਕੀਤੀ ਆ, ਇਹ ਜਿੱਥੇ ਵੀ ਜਾਣਗੇ ਉੱਥੇ ਘੁੱਗ ਵਸਣਗੇ। ਇਸ ਗੁਰਦੁਆਰਾ ਸਾਹਿਬ ਸਾਨੂੰ ਸੇਵਾਦਾਰਾਂ ਨੇ ਦੱਸਿਆ ਵੀ ਇਸ ਪਿੰਡ ਦੇ ਲੋਕ ਜਿੱਥੇ ਵੀ ਗਏ ਹੋਏ ਆ ਉੱਥੇ ਬੜੇ ਘੁੱਗ ਵਸਦੇ ਹਨ। ਸਾਡੇ ਪਿੰਡ ਵਿੱਚੋਂ ਕਈ ਪਿੰਡ ਨਿਕਲੇ ਹਨ, ਕਈ ਥਾਵਾਂ ਤੇ ਪਿੰਡ ਵਸੇ ਹੋਏ ਹਨ। ਤੇ ਸੰਗਤ ਜੀ ਤੁਸੀਂ ਆ ਸਾਹਮਣੇ ਦਰਸ਼ਨ ਕਰ ਰਹੇ ਹੋ ਇਤਿਹਾਸਕ ਖੂਹ। ਇਸ ਖੂਹ ਦੇ ਲਾਗੇ ਹੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਆ ਕੇ ਬੈਠੇ ਸਨ, ਇਸ ਵਿੱਚੋਂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਜਲ ਛਕਿਆ ਸੀ ਤੇ ਆਪ ਜੀ ਹੁਣ ਦਰਸ਼ਨ ਕਰ ਰਹੇ ਹੋ ਉਹ ਇਤਿਹਾਸਕ ਖੂਹ ਦੇ। ਤੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਤੋਂ ਬਾਅਦ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਵੀ ਇਸ ਖੂਹ ਦੇ ਲਾਗੇ ਹੀ ਆ ਕੇ ਬੈਠੇ ਸਨ, ਵਿਰਾਜੇ ਸਨ। ਇਸ ਪਿੰਡ ਵਾਲਿਆਂ ਨੇ ਫਿਰ ਗੁਰੂ ਸਾਹਿਬ ਦੀ ਬੜੀ ਭਾਵਨਾ ਨਾਲ ਸੇਵਾ ਕੀਤੀ ਛੇਵੇਂ ਪਾਤਸ਼ਾਹ ਜੀਆਂ ਦੀ, ਤੇ ਛੇਵੇਂ ਪਾਤਸ਼ਾਹ ਨੇ ਵੀ ਇਸ ਨਗਰ ਤੇ ਬੜੀਆਂ ਰਹਿਮਤਾਂ ਵਰਤਾਈਆਂ, ਬੜੀਆਂ ਬਖਸ਼ਿਸ਼ਾਂ ਕੀਤੀਆਂ ਹਨ। ਛੇਵੇਂ ਪਾਤਸ਼ਾਹ ਦੇ ਆਉਣ ਦੀ ਖਬਰ ਸੁਣ ਕੇ ਭਾਈ ਜਵੰਦਾ ਵੀ ਇਸ ਥਾਂ ਤੇ ਆਇਆ ਅਤੇ ਗੁਰੂ ਜੀ ਨੂੰ ਬੇਨਤੀ ਕੀਤੀ, ਮਹਾਰਾਜ ਤੁਸੀਂ ਮੇਰੇ ਘਰ ਚੱਲੋ। ਗੁਰੂ ਜੀ ਉਹਦੇ ਨਾਲ ਉਹਦੇ ਘਰ ਆਏ। ਗੁਰੂ ਜੀ ਨੇ ਆਪ ਮੋੜੀ ਗੱਡ ਕੇ ਭਾਈ ਜਵੰਦੇ ਦੇ ਨਾਮ ਤੇ ਜਵੱਦੀ ਪਿੰਡ ਵਸਾਇਆ, ਜੋ ਅੱਜ ਕੱਲ੍ਹ ਬਹੁਤ ਹੀ ਪ੍ਰਸਿੱਧ ਹੈ ਜਵੱਦੀ ਕਲਾ। ਤੇ ਸਾਧ ਸੰਗਤ ਜੀ ਇਹ ਸੀ ਅੱਜ ਦੀ ਵੀਡੀਓ, ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ। ਮਿਲਦੇ ਹਾਂ ਅਗਲੇ ਬਲੌਗ ਵਿੱਚ, ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।